ਕਿ ਜਿੱਥੇ ਦੋ ਸਪਰੇਅ ਕਰਨੀਆਂ ਇਹਦੀ ਇੱਕ ਨਾਲ ਸਰਦਾ, ਕੁਛ ਚਲੰਤ ਕੰਪਨੀ ਨਾਲ ਸਪਰੇਹਾਂ ਹੁੰਦੀਆਂ ਜਿਹਦੇ ਵਿੱਚ ਪਤਾ ਨਹੀਂ ਕੀ ਹੋਰ ਲਾ ਕੇ ਕੈਮੀਕਲ ਦੋ ਦੋ ਤਿੰਨ ਤਿੰਨ ਚਾਰ ਚਾਰ ਹੋ ਰਹੇ ਆ। ਤਾਪਮਾਨ ਇਹਦਾ ਕੋਈ ਵੀ ਹੋ ਜਾਏ ਜੀ, ਉਸ ਸਾਰੇ ਹਰ ਤਾਪਮਾਨ ਤੇ ਇਹ ਕੰਮ ਕਰ ਰਹੀ ਹੈ। ਸਹੀ, ਵੈਗੋ ਦਾ ਰਿਜ਼ਲਟ ਹੈਗਾ ਜੀ 25 ਦਿਨ ਦਾ। ਜ਼ਿਆਦਾਤਰ ਜ਼ਿਮੀਦਾਰ ਕਿਸਾਨ ਭਰਾ ਹੱਥਾਂ ਪੈਰਾਂ ਵਿੱਚ ਆ ਜਾਂਦੇ ਆ ਜਦੋਂ ਕਿਤੇ ਉਹਨਾਂ ਨੂੰ ਆਪਣੇ ਖੇਤ ਦੇ ਵਿੱਚ ਪੱਤਾ ਲਪੇੜ ਸੁੰਡੀ ਜਾਂ ਗੋਹ ਵਾਲੀ ਸੁੰਡੀ ਦਿਖਦੀ ਹੈ, ਹੈ ਨਾ। ਅਤੇ ਹਰ ਸਾਲ ਦੀ ਤਰ੍ਹਾਂ ਜ਼ਿਆਦਾਤਰ ਕਿਸਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੀ ਸਪਰੇਅ ਉਹਨਾਂ ਖੇਤਾਂ ਵਾਸਤੇ ਵਧੀਆ ਰਹੂਗੀ, ਹੈ ਨਾ। ਅਤੇ ਅੱਜ ਤੁਹਾਡੇ ਸਾਰੇ ਸ਼ੱਕ ਦੂਰ ਕਰਾਂਗੇ। ਅੱਜ ਆਪਾਂ ਪਹੁੰਚੇ ਹੋਏ ਜੀ ਪਿੰਡ ਆਸਾ ਬੁੱਟਰ ਦੇ ਵਿੱਚ। ਬਾਈ ਜੀ 55 ਕਿੱਲਿਆਂ ਦੀ ਖੇਤੀ ਕਰਦੇ ਆ, ਅਤੇ ਇਹਨਾਂ ਤੋਂ ਆਪਾਂ ਜਾਣਕਾਰੀ ਲੈਂਦੇ ਵੀ ਕਿਹੜੀ ਦਵਾਈ ਵਧੀਆ ਰਹੂਗੀ ਤੁਹਾਡੇ ਖੇਤਾਂ ਵਿੱਚ ਸਪਰੇਅ ਕਰਨ ਵਾਸਤੇ। ਅਤੇ 160 ਸਾਲ ਪੁਰਾਣੀ ਕੰਪਨੀ ਆ ਬਾਈ ਜੀ, ਬਾਇਰ ਕੰਪਨੀ, ਜੋ ਕਿ ਸਪਰੇਆਂ 'ਤੇ ਕੰਮ ਕਰਦੀ ਆ। ਬਾਈ ਜੀ ਇਹਨਾਂ ਨਾਲ ਜੁੜੇ ਹੋਏ ਆ ਜੀ ਪਿਛਲੇ 5-7 ਸਾਲਾਂ ਤੋਂ। ਅਤੇ ਆ ਜੋ ਬਾਈ ਹੋਰਾਂ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਆਪਣਾ ਨਾਂ ਦੱਸੋ ਪਹਿਲਾਂ, ਸਭ ਤੋਂ ਪਹਿਲਾਂ। ਬਾਈ ਜੀ ਮੇਰਾ ਨਾਮ ਜਗਰੂਪ ਸਿੰਘ ਜੀ, ਪਿੰਡ ਆਸਾ ਬੁੱਟਰ। ਅੱਛਾ ਜੀ। ਅਤੇ ਆਪਾਂ ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਹਾਂ? ਆਪਾਂ ਬਾਈ ਜੀ ਅਸੀਂ 55 ਏਕੜ ਦੇ ਵਿੱਚ ਵਰਤੇ ਆ ਜਿਹੜੇ ਕਰਦੇ ਹਾਂ ਖੇਤੀ। ਅੱਛਾ ਜੀ। ਇਹਦਾ ਜਿਹੜਾ ਅਤੇ ਜਿਹੜੀ ਤੁਸੀਂ ਸਪਰੇ ਆਈ ਹੈ ਨਵੀਂ ਬਾਇਰ ਵਾਲਿਆਂ ਦੀ, ਕਿਹੜੀ ਨਾਂ ਕੀ ਇਹਦਾ? ਇਹਦਾ ਨਾਂ ਵੈਗੋ ਆ ਬਾਈ ਜੀ। ਅੱਛਾ ਜੀ। ਵੈਗੋ ਸਪਰੇ ਜਿਹੜੀ ਕਰ ਰਹੇ ਹਾਂ ਆਪਾਂ ਪੱਤਾ ਲਪੇੜ ਤੋਂ ਜਾਂ ਤਣਾ ਛੇਕ ਗੋਭ ਦੀ ਸੁੰਡੀ ਤੋਂ ਜੀ। ਅੱਛਾ ਜੀ। ਤੇ ਕਿਵੇਂ ਰਿਜ਼ਲਟ ਰਿਹਾ ਤੁਹਾਡਾ ਪਿਛਲੇ ਸਾਲ ਵੀ ਤੁਸੀਂ ਯੂਜ਼ ਕੀਤਾ ਸੀ? ਰਿਜ਼ਲਟ ਬਹੁਤ ਵਧੀਆ ਰਿਹਾ ਜੀ। ਜਿਵੇਂ ਪਿਛਲੇ ਸਾਲ ਵੀ ਅਸੀਂ ਯੂਜ਼ ਕੀਤੀ ਹੈ ਜੀ, ਮੱਕੀ ਤੇ ਵੀ ਵਰਤੀ ਵੀ ਆ, ਤੇ ਇਸ ਵਾਰ ਵੀ ਅਸੀਂ ਪੂਰੇ ਮੰਨ ਲਓ ਖੇਤ ਦੇ ਵਿੱਚ ਇਹ ਵਰਤੀ ਆ। ਤੇ ਇਹਦੀ ਦਵਾਈ ਦੀ ਡੋਜ਼ ਕਿੰਨੀ ਕੁ ਪੈਂਦੀ ਹੈ ਕਿੱਲੇ ਦੀ? ਮੰਨ ਲਓ ਅਸੀਂ ਜਿਵੇਂ ਜੀ ਮੰਨ ਲਓ ਹੁਣ ਜਿਹੜੇ ਸਾਡੇ ਪਲਾਟ ਹੈਗੇ, ਸਾਡੇ ਖੇਤ ਆ, ਅਸੀਂ DSR 'ਚ 53 ਦਿਨਾਂ ਦੇ ਹੋ ਗਏ ਬਿਜਾਈ ਵਾਲਾ ਝੋਨਾ ਜੀ। ਇਹਦੇ ਵਿੱਚ ਹੁਣ ਜਿਵੇਂ ਸ਼ਿਕਾਇਤ ਕਿਤੇ ਕਿਤੇ ਗੋਭ ਦੀ ਸੁੰਡੀ ਦੀ ਆ, ਜਾਂ ਜਿੱਥੇ ਕਿਤੇ ਭਮੱਕੜ ਬੈਠਣ ਦੀ, ਉਹ ਪਤੰਗਾ ਆ ਗਿਆ ਉਹਦੇ ਜਿਹੜਾ ਸੁੰਡੀ ਵਾਲਾ, ਹੁਣ ਅਸੀਂ ਮੰਨ ਲਓ 80 ml ਪਾ ਕੇ ਵੈਗੋ ਦੀ ਸਪਰੇਅ ਕੀਤੀ ਆ, ਤੇ ਜਿਹਦਾ ਬਹੁਤ ਵਧੀਆ ਰਿਜ਼ਲਟ ਆ ਪਿਛਲੇ ਸਾਲਾਂ 'ਚ ਦੇਖਿਆ। ਤੇ ਇਸ ਵਾਰ ਵੀ ਜਿਹੜਾ ਅਸੀਂ ਪਹਿਲਾਂ ਹੀ ਇਹਨੂੰ ਟ੍ਰੀਟਮੈਂਟ ਉਹ ਦੇਤਾ ਵੈਗੋ ਦਾ। ਤੇ ਪਾਣੀ ਕਿੰਨਾ ਤੁਸੀਂ ਪਾਉਣਾ ਕਿੱਲੇ ਮਗਰ? ਮੰਨ ਲਓ ਪਾਣੀ ਅਸੀਂ 125 ਲੀਟਰ ਜੀ। ਵੀ ਇਹ ਸਪਰੇਅ ਬਾਈ ਜੀ ਅਸਰ ਕਿੰਨੇ ਦਿਨ ਰੱਖਦੀ ਹੈ? ਅਸਰ ਦੇਖੋ ਜਿਹੜਾ ਇਹਦਾ ਵੈਗੋ ਦਾ ਰਿਜ਼ਲਟ ਹੈਗਾ ਜੀ 25 ਦਿਨ ਦਾ। ਅੱਛਾ, 25 ਦਿਨ? ਹਾਂਜੀ, 20 ਤੋਂ 25 ਦਿਨ ਵਧੀਆ ਰਿਜ਼ਲਟ ਰਹਿੰਦਾ ਜੀ ਇਹਦਾ। ਤੇ ਉਹਦਾ ਨਸਾਰੇ ਤੇ ਮੰਨ ਲਓ ਜਦੋਂ ਆ ਜਾਣਾ? ਹਾਂ, ਜਦੋਂ ਉਸਦਾ ਮੰਨ ਲਓ ਜਿਵੇਂ ਅੱਜ ਆਪਾਂ ਇੱਕ ਸਪਰੇਅ ਕੀਤੀ ਹੈ ਜੀ, ਤੇ ਇਹਨੇ ਲਗਭਗ ਨਸਾਰੇ ਗੋਭ ਤੇ ਜਾ ਵੜਨਾ। ਫਿਰ ਉਸ ਟਾਈਮ ਅਸੀਂ ਇੱਕ ਸਪਰੇਅ ਨਟੀਵੋ ਪਲੱਸ ਵੈਗੋ ਫਿਰ ਦੇਵਾਂਗੇ, ਜਿਹਦੇ ਨਾਲ ਪੂਰਾ ਪਕਾਈ ਤੇ ਜਾਵੜੂਗਾ। ਇੱਕ ਬਾਈ ਜੀ ਦਾਣੇਦਾਰ ਸਪਰੇਅ ਵੀ ਕਰਦੇ ਆ, ਇਹ ਦਾਣੇਦਾਰ ਨੂੰ ਮਤਲਬ ਤੇ ਛਿੜਕਾਅ ਕਰਨਾ ਪੈਂਦਾ, ਉਹਦਾ ਕੀ ਫਾਇਦਾ ਆਪਾਂ ਨੂੰ ਉਹ ਚੀਜ਼ ਦਾ? ਇਹ ਤਾਂ ਬਾਈ ਜੀ ਇਹ ਤਾਂ ਮੰਨ ਲਓ ਜਿਹੜੀ ਦਾਣੇਦਾਰ ਆਪਾਂ ਸਪਰੇਅ ਪਾਉਣੇ ਆ, ਹਾਂਜੀ, ਉਹਦੇ ਨਾਲ ਕੁਛ ਕੁ ਤੇ ਹੈਗਾ ਜਿਵੇਂ ਜ਼ਮੀਨ ਦੇ ਵਿੱਚ ਜਾਂ ਕੋਈ ਮਿੱਤਰ ਕੀੜੇ ਵਗੈਰਾ, ਉਹਦਾ ਥੋੜ੍ਹਾ ਨੁਕਸਾਨ ਹੁੰਦਾ। ਇਹਦਾ ਮੰਨ ਲਓ ਜਿਹੜੀ ਆਪਾਂ ਇਹ ਬੈਰ ਕੰਪਨੀ ਦੀ ਕਰਦੇ ਹਾਂ ਵੈਗੋ, ਇਹਦਾ ਇਹ ਫਾਇਦਾ ਹੈਗਾ ਵੀ ਇਹਦੇ ਨਾਲ ਹੀ ਆਪਾਂ ਉੱਲੀ ਨਾਸ਼ਕ ਜਿਹੜਾ ਉੱਲੀ ਵਾਲੀਆਂ ਸਪਰੇਆਂ ਨਾਲ ਐਡ ਕਰ ਸਕਦੇ ਹਾਂ, ਉਹ ਇੱਕੋ ਵਾਰੀ ਦੇ ਵਿੱਚ ਸਾਰੇ ਕੰਮ ਹੁੰਦੇ ਆ, ਕਲੀਅਰ ਹੋ ਜਾਂਦਾ, ਕਲੀਅਰ ਹੋ ਜਾਂਦਾ। ਹਾਂਜੀ, ਇੱਕ ਗੱਲ ਕਰੀਏ, ਮੰਨ ਲਾ ਵੀ ਅੱਜ ਕੱਲ ਗਰਮੀ ਕਾਫੀ ਹੋ ਚੁੱਕੀ ਹੈ, ਹਨਾ, ਤੇ ਪੂਰਾ ਵਧੀਆ ਕੰਮ ਕਰਦੀ ਉੱਚ ਤਾਪਮਾਨ ਦੇ? ਨਹੀਂ, ਹਾਂ, ਇਹਦਾ ਕੋਈ ਤਾਪਮਾਨ ਇਹਦਾ ਕੋਈ ਵੀ ਹੋ ਜਾਏ ਜੀ, ਉਸ ਸਾਰੇ ਹਰ ਤਾਪਮਾਨ ਤੇ ਇਹ ਕੰਮ ਕਰ ਰਹੀ ਹੈ। ਸਹੀ, ਕਈ ਕਹਿ ਜਾਂਦੇ ਵੀ ਸੁਬਾਹ ਨੂੰ ਕਰੋ ਸ਼ਾਮ ਨੂੰ ਕਰੋ ਸਪਰੇਅ, ਹਨਾ, ਕਹਿ ਜਾਂਦੇ ਆ, ਉਹ ਚੀਜ਼ ਨਹੀਂ? ਨਹੀਂ, ਉਹ ਚੀਜ਼ ਨਹੀਂ, ਇਹ ਹਰ ਟੈਂਪਰੇਚਰ ਤੇ ਤਾਪਮਾਨ ਤੇ ਕੰਮ ਕਰਦੀ ਹੈ। ਤੇ ਬਾਕੀ ਹੋਰ ਵੀ ਦਵਾਈਆਂ ਜਿਵੇਂ ਆਉਂਦੀਆਂ, ਹਨਾ, ਇਹਦੀਆਂ ਬਾਹਰ ਦੀਆਂ ਬੰਦਾ ਸੁਣ ਕੇ ਨਾਂ ਲੈ ਕੇ ਵੀ ਵਿਸ਼ਵਾਸ ਹੁੰਦਾ, ਹਨਾ, ਬੰਦੇ ਨੂੰ ਅੱਖਾਂ ਮੀਚ ਕੇ ਲੈ ਲੈਂਦਾ ਬੰਦਾ ਦਵਾਈ ਇਹ। ਤੇ ਹੋਰ ਮੰਨ ਲਓ ਕਿੰਨੇ ਸਮੇਂ ਤੁਸੀਂ ਜੁੜੇ ਹੋਏ ਇਸ ਕੰਪਨੀ? ਅਸੀਂ ਸਾਨੂੰ ਬਾਹਰ ਨਾਲ ਜੁੜਿਆ ਤਕਰੀਬਨ 8-9 ਸਾਲ ਹੋ ਗਏ ਜੀ। ਅੱਛਾ ਜੀ। ਪਰ ਹੁਣ ਮੰਨ ਲਓ ਪਿਛਲੇ 4-5 ਸਾਲਾਂ ਤੋਂ ਟੋਟਲ ਬਾਹਰ ਨਾਲ ਜੁੜੇ ਹੋਏ ਆ, ਜਿਹੜੇ ਬਿਜਾਈ ਤੋਂ ਲੈ ਕੇ ਪੂਰਾ ਮੰਨ ਲਓ ਬੀਜ ਤੋਂ ਬੀਜ ਦਾ ਜਿਹੜਾ ਪ੍ਰਬੰਧਨ ਕਰਨਾ, ਉਹ ਬਾਹਰ ਦੇ ਪ੍ਰੋਡਕਟ ਨਾਲ ਹੀ ਕਰਦੇ ਆ ਅਸੀਂ ਸਾਰਾ, ਜੋ A to Z। ਹਾਂ, A to Z। ਕੱਖਾਂ ਵਾਲੀ ਵੀ ਤੁਸੀਂ ਇਸੇ ਕੰਪਨੀ ਯੂਜ਼? ਕੱਖਾਂ ਵਾਲੀ ਵੀ ਅਸੀਂ ਇਸੇ ਦੀ ਯੂਜ਼ ਕੀਤੀ ਹੈ ਜੀ। ਉਹਦਾ ਨਾਂ ਕੀ ਸੀ? ਕੌਂਸਲੈਕਟਰ ਕੀਤੀ ਹੈ। ਅੱਛਾ ਜੀ। ਫਿਰ ਮੰਨ ਲਓ ਜਿੱਥੇ ਕਿਤੇ ਕੋਈ ਮਧਾਨਾ ਘਾਹ ਦੀ ਸਮੱਸਿਆ ਸੀਗੀ, ਉੱਥੇ ਅਸੀਂ ਰੈਸਟਾਰ ਕੀਤੀ ਹੈ ਜੀ। ਪੂਰਾ ਫੈਨ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਹੈ। ਸਾਰੇ ਮੰਨ ਲਓ ਸ਼ੁਰੂਆਤ ਜਦੋਂ ਕਰਦੇ ਆ ਝੋਨੇ ਦੀ, ਬਾਹਰ ਦੇ ਨਾਲ ਹੀ ਕਰਦੇ? ਬਾਹਰ ਦੇ ਨਾਲ ਹੀ ਕਰਦੇ ਆ ਜੀ। ਅੱਛਾ, ਤੇ ਇਸ ਤੋਂ ਬਾਅਦ ਜੇ ਦਾਣੇ ਵਾਲੀ ਆਪਣੀ ਹੁੰਦੀ ਹੈ, ਮੰਨ ਲਓ ਹਾਂ ਨਸਾਰੇ ਵੇਲੇ, ਉਹ ਬਾਹਰ ਦੀ ਉਹ ਕਿਹੜੀ ਕਰਦੇ? ਨਸਾਰੇ ਵੇਲੇ ਅਸੀਂ ਨਟੀਵੋ ਕਰਦੇ ਆ ਜੀ, ਜਦੋਂ ਗੋਭ ਦੇ ਵਿੱਚ ਆਉਂਦਾ
ਇੱਕ ਸਪਰੇਅ ਨਟੀਵ ਉਹਦੀ 160 ਗ੍ਰਾਮ ਪਰ ਏਕੜ ਪਾ ਕੇ ਡੋਜ਼ ਉਹਦੀ ਕਰਦੇ ਆ। ਤੇ ਤੁਹਾਨੂੰ ਕੋਈ ਐ ਨਹੀਂ ਲੱਗਿਆ ਵੀ ਯਾਰ ਵੀ ਆਪਾਂ ਗਲਤ ਫੈਸਲਾ ਲਾ, ਕਈ ਵਾਰੀ ਮਹਿੰਗੀ ਸਸਤੀ ਹੁੰਦੀ ਦਵਾਈ, ਕਿਵੇਂ ਲੱਗਿਆ ਤੁਹਾਨੂੰ ਰੇਟ ਸਹੀ ਲੱਗਿਆ ਇਹਦਾ? ਨਹੀਂ ਜੀ, ਜੇ ਮੰਨ ਲਓ ਜਦੋਂ ਰਿਜ਼ਲਟ ਦੇ ਹਿਸਾਬ ਨਾਲ ਰੇਟ ਸਹੀ ਆ ਜੀ। ਅੱਛਾ ਜੀ, ਦੇਖੋ ਮੰਨ ਲਓ ਠੀਕ ਆ, ਥੋੜ੍ਹੀ ਕੋਸਟਲੀ ਪੈ ਜਾਂਦੀਆਂ ਦਵਾਈਆਂ ਜਿਵੇਂ ਵੈਗੋ ਆ ਜਾਂ ਨਟੀਵੋ ਆ, ਪਰ ਉੱਥੇ ਕੀ ਆ ਕਿ ਜਿੱਥੇ ਦੋ ਸਪਰੇਅ ਕਰਨੀਆਂ ਇਹਦੀ ਇੱਕ ਨਾਲ ਸਰਦਾ। ਬਈ ਮੰਨ ਲਓ ਸ਼ੁਰੂਆਤੀ ਤੌਰ ਤੋਂ ਲੈ ਕੇ ਐਂਡ ਤੱਕ ਬੈਰ ਤੇ ਵਿਸ਼ਵਾਸ ਹੈ ਜੀ। ਜਿਵੇਂ ਨਾ ਬਾਈ ਜੀ, ਮੰਨ ਲਓ ਆਪਾਂ ਹੋਰ ਸਪਰੇਹਾਂ ਕਰਦੇ ਹਾਂ, ਆਪਾਂ ਹੋਰ ਨਾਮ ਨਾ ਲਈਏ ਕੋਈ, ਜਾਂ ਕਿ ਕੁਛ ਚਲੰਤ ਕੰਪਨੀ ਨਾਲ ਸਪਰੇਹਾਂ ਹੁੰਦੀਆਂ ਜਿਹਦੇ ਵਿੱਚ ਪਤਾ ਨਹੀਂ ਕੀ ਹੋਰ ਲਾ ਕੇ ਕੈਮੀਕਲ ਦੋ ਦੋ ਤਿੰਨ ਤਿੰਨ ਚਾਰ ਚਾਰ ਹੋ ਰਹੇ ਆ, ਜਿਹਦੇ ਲਈ ਜਿਹਦੇ ਰਿਜ਼ਲਟ ਆਪਣੇ ਮਾਨਸਾ ਏਰੀਆ 'ਚ ਜਾਂ ਹੋਰ ਇੱਧਰਲੇ ਪਾਸੇ ਜਿਹੜੇ ਮਾਰੂ ਰਿਜ਼ਲਟ ਆਏ ਆ ਫਸਲਾਂ ਦੇ ਉੱਪਰ, ਉਸ ਗੱਲ ਨੂੰ ਮੁੱਖ ਰੱਖਦੇ ਹਾਂ। ਮੰਨ ਲਓ ਅਸੀਂ ਇਸ ਨਾਮਵਰ ਕੰਪਨੀ ਨਾਲ ਜੁੜੇ ਹਾਂ, ਬੇਸ਼ੱਕ ਭਾਵੇਂ ਥੋੜੀ ਜਿਹੀ ਕੋਸਟ ਵੱਧ ਹੋ ਸਕਦੀ ਉਹਨਾਂ ਨਾਲੋਂ, ਪਰ ਥੋੜਾ ਜਿਹਾ ਵਾਤਾਵਰਨ ਵੀ ਉਸ ਗੱਲ ਨਾਲ ਬਚਦਾ। ਜਿਹੜੀਆਂ ਮੰਨ ਲਓ ਫਾਲਤੂ ਕੈਮੀਕਲ ਨਹੀਂ ਯੂਜ਼ ਹੋ ਰਿਹਾ, ਜਿੰਨਾ ਲੋੜ ਆਪਾਂ ਨੂੰ ਉਨਾ ਹੀ ਕੈਮੀਕਲ ਉਨਾ ਹੀ ਆਪਾਂ ਪਾ ਰਹੇ ਹਾਂ, ਤੇ ਜਿਹੜਾ ਪੂਰਾ ਇੱਕ ਰਿਕਮੈਂਡ ਆ ਉਹਦੇ ਨਹੀਂ, ਉਹ ਇਹ ਨਹੀਂ ਗਾ ਵੀ ਉੱਤੇ ਕੁਛ ਹੋਰ ਆ ਤੇ ਵਿੱਚ ਤੜਕਾ ਤੁੜਕਾ ਲਾ ਕੇ ਕੁਛ ਹੋਰ ਦਿੱਤਾ ਪਿਆ। ਸਹੀ ਗੱਲ ਹੈ, ਸਾਨੂੰ ਆਪਾਂ ਨੂੰ ਪਤਾ ਹੈ ਵੀ ਅਸੀਂ ਕਰੋਪ ਤੇ ਕੀ ਦੇ ਰਹੇ ਹਾਂ। ਹਾਂਜੀ, ਕਿਉਂਕਿ ਜਦੋਂ ਆਪਾਂ ਕੁਛ ਵਧੀਆ ਦੇਵਾਂਗੇ, ਜੇ ਜ਼ਹਿਰਾਂ ਦੇਵਾਂਗੇ ਤਾਂ ਆਉਣ ਵਾਲੇ ਸਮੇਂ ਵਾਸਤੇ ਆਪਣੇ ਵਾਸਤੇ ਮਾੜਾ ਹੋਊਗਾ। ਬਾਕੀ ਇੱਕ ਵਾਰ ਆਪਾਂ ਕਈ ਵਾਰੀ ਕਿ ਲਾਲਚ ਹੁੰਦਾ ਬੰਦੇ ਨੂੰ, ਲਾਲਚ ਐ ਖੇਡਣਾ ਚਾਹੀਦਾ, ਲੋਕ ਖਾਂਦੇ ਆ ਇਹਨੂੰ, ਹਾਂਜੀ ਖਾਂਦੇ ਆ, ਕੈਮੀਕਲ ਨਹੀਂ ਯੂਜ਼ ਕਰਨੇ ਚਾਹੀਦੇ, ਤਾਂ ਹੀ ਥੋੜੀ ਜਿਹੀ ਕੋਸਟਲੀ ਹੁੰਦੀ ਇਹ ਦਵਾਈ, ਹਨਾ, ਚੰਗੇ ਤਰੀਕੇ ਨਾਲ ਇਹ ਬਣਾਈ ਹੁੰਦੀ ਹੈਗੀ ਸੋਧ ਕਰਕੇ, ਤਾਂ ਹੀ ਥੋੜੀ ਕੋਸਟਲੀ ਹੋ ਸਕਦੀ ਹੈ, ਪਰ ਆਪਣੇ ਖੇਤਾਂ ਵਾਸਤੇ ਬਿਲਕੁਲ ਸਹੀ ਹੈ, ਫਸਲਾਂ ਵਾਸਤੇ, ਕਿਉਂਕਿ ਇਹ ਇਨਸਾਨ ਨਹੀਂ ਖਾਣਾ, ਇਹ ਸਿੱਟਣਾ ਤਾਂ ਆਪਾਂ ਹੈ ਨਹੀਂ ਗਾ। ਬਿਲਕੁਲ ਜੀ, ਬਾਕੀ ਅਸੀਂ ਵੀ ਕਰਦੇ ਹਾਂ ਬਾਈ ਜੀ, ਆਪਣੇ ਖੇਤਾਂ ਦੇ ਵਿੱਚ ਨੈਟਿਵ ਦੀ ਵਰਤੋਂ ਤਾਂ ਕਰਦੇ ਹਾਂ, ਮੰਨ ਲਓ ਆਹ ਸਪਰੇਅ ਬਾਰੇ ਪਤਾ ਲੱਗਿਆ ਆਪਾਂ ਨੂੰ ਹੁਣ, ਅਤੇ ਆਪਾਂ ਤੁਹਾਨੂੰ ਵੀ ਇਹਨੇ ਯੂਜ਼ ਕਰਕੇ ਦੇਖੋ ਇੱਕ ਵਾਰੀ, ਤੁਹਾਨੂੰ ਪਤਾ ਹੀ ਆ ਜਿਹੜਾ ਬਾਇਰ ਦਾ ਨਾਂ ਬਹੁਤ ਵੱਡਾ ਨਾਂ, ਐਵੇਂ ਨਹੀਂ ਹੈਗਾ, ਹੈ ਨਾ, ਅਤੇ ਬਾਕੀ ਆਪਾਂ ਵੀ ਐਤਕੀ ਵਾਰ ਇਹੀ ਦਵਾਈ ਜਿਹੜੀ ਯੂਜ਼ ਕਰਾਂਗੇ ਆਪਣੇ ਖੇਤਾਂ ਦੇ ਵਿੱਚ, ਅਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ ਦੇਖ ਰਹੇ ਹੋ, ਤੁਸੀਂ ਇਹ ਦਵਾਈ ਵਰਤ ਸਕਦੇ ਹੋ ਬਾਈ ਜੀ। ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਵਾਸਤੇ, ਅਤੇ ਤੁਸੀਂ ਆ ਕੇ ਸਪੈਸ਼ਲ ਆਸਾ ਬੁੱਟਰ ਪਿੰਡ ਦੇ ਵਿੱਚ ਚੈੱਕ ਵੀ ਕਰ ਸਕਦੇ ਹੋ ਬਾਈ ਕੋਲੋਂ ਆ ਕੇ। ਬਾਈ ਨੇ ਨਾਂ ਫਿਰ ਦੱਸ ਦਿਓ ਬਾਈ ਜੀ ਤੁਸੀਂ। ਜਗਰੂਪ ਸਿੰਘ ਜੀ, ਪਿੰਡ ਆਸਾ ਬੁੱਟਰ।